ਮੰਨਤ ਦਿਲ ਆਪਣਾ ਪੰਜਾਬੀ ਪਿੰਡ ਦੀ ਕੁੜੀ ਜੀ ਆਇਆਂ ਨੂੰ ਮੇਰਾ ਪਿੰਡ ਕੀ ਬਣੂ ਦੁਨੀਆ ਦਾ ਕਾਟੋ ਅਮਲੀ ਦੀ ਸਾਰੀਆਂ ਭਜਨੇ ਦੀਆਂ ਲੱਗਦੀਆਂ ਮੈਨੂੰ ਤਾਂ 2007 ਛਨਕਾਟਾ ਚੱਕ ਦੇ ਫੱਟੇ ਇਹ ਮਿੱਟੀ ਵਾਜਾ ਮਾਰਦੀ ਮੰਨਤ ਰੱਬ ਨੇ ਬਣਾਈਆਂ ਜੋੜੀਆਂ ਜੱਗ ਜਿਉਂਦਿਆਂ ਦੇ ਮੇਲੇ ਬਦਲਾ ਜੱਟੀ ਦਾ ਖਰਾਬ ਹੋਏ ਤਾਂ ਟੁੱਟੀ ਵੀ ਆਵੇ ਅੰਦਰੋਂ ਆਹ ਤੁਸੀਂ ਕਰ ਲੈਂਦੇ ਚਲਾ ਕੇ ਦਿਖਾਉਣਾ ਪਹਿਲੀ ਗੱਲ ਤਾਂ ਇਹ ਕਿਸੇ ਪਲੇਅਰ 'ਚ ਨਹੀਂ ਚੱਲਣੀ ਆਹ ਵੇਖੋ ਜਿੰਨੇ ਮਰਜ਼ੀ ਵਿੰਡੋ 'ਚ ਤੁਸੀਂ ਉਹ ਪਲੇਅਰ ਭਰ ਲਓ ਠੀਕ ਆ ਚੱਕੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਹੋ ਸਾਰਿਆਂ ਨੇ ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡਾ ਜੋਬਨ ਅੰਬੜੀ ਦੇ ਯੂਟਿਊਬ ਚੈਨਲ 'ਤੇ ਟਾਈਟਲ ਥੰਬਨੇਲ ਤੁਸੀਂ ਦੇਖ ਹੀ ਲਿਆ ਅੱਜ ਦੀ ਵੀਡੀਓ 'ਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਪੰਜਾਬੀ ਫਿਲਮਾਂ ਅਤੇ ਪੰਜਾਬੀ ਫਿਲਮਾਂ ਦੇ ਗਾਣੇ ਵੀਡੀਓ ਸੀਡੀ ਆਡੀਓ ਸੀਡੀ MP3 ਸੀਡੀਜ਼ ਕੈਸਟਾਂ ਵੀ ਦਿਖਾਵਾਂਗੇ ਫਿਲਮਾਂ ਵਾਲੀਆਂ ਕਿਉਂਕਿ ਜਦੋਂ ਮੈਂ ਪਹਿਲਾਂ ਕੈਸਟਾਂ ਦਿਖਾਈਆਂ ਵਿੱਚ ਫਿਲਮਾਂ ਵਾਲੀਆਂ ਦਿਖਾਈਆਂ ਨਹੀਂ ਸੀ ਹਜੇ ਸੋ ਮੈਂ ਸੋਚਿਆ ਸੀ ਇਕੱਲਾ ਫਿਲਮਾਂ ਵਾਲਾ ਮਟੀਰੀਅਲ ਹੈ ਨਾ ਜਿਹੜਾ ਉਹ ਇਕੱਠਾ ਦਿਖਾ ਦਾਂਗੇ ਅਤੇ ਬਾਕੀ ਇੱਧਰ ਵੀ ਕੈਬਨ 'ਤੇ ਮਾੜੀਆਂ ਮੋਟੀਆਂ ਸੀੜੀਆਂ ਪਈਆਂ ਜੋ ਕਿ ਮੈਂ ਲਾਸਟ ਵਲੋਗ ਵਿੱਚ ਦਿਖਾਈਆਂ ਨਹੀਂ ਸੀ ਦਿਖਾਉਣੀਆਂ ਰਹਿ ਗਈਆਂ ਸੀਗੀਆਂ ਇੱਧਰ ਆਪਣੇ ਕੋਲ ਪਿਆ ਪੰਜਾਬੀ ਵਿਰਸਾ ਇਹ ਜੇ ਮੈਂ ਲਾਸਟ ਵੀਡੀਓ 'ਚ ਨਹੀਂ ਦਿਖਾਇਆ ਹੈਗਾ ਪੰਜਾਬੀ ਵਿਰਸਾ ਨੈਕਸਟ ਦਲਜੀਤ ਦਸਾਂਝ ਦੀ ਵੀ ਪਈ ਆ ਲਓ ਇਸ਼ਕ ਹੋ ਗਿਆ ਦਲਜੀਤ ਡਾਂਸਿੰਗ ਮਸ਼ੀਨ ਉਸ ਤੋਂ ਬਾਅਦ ਇੱਕ ਹੋਰ ਪੰਜਾਬੀ ਵਿਰਸਾ ਪਿਆ ਹਈ ਸ਼ਾਵਾ ਬਈ ਹਈ ਸ਼ਾਵਾ ਆਪਣੇ ਕੋਲ ਕੁਝ ਕੈਸਟਸ ਪਾਈਆਂ ਫਿਲਮਾਂ ਵਗੈਰਾ ਦੀਆਂ ਜੀ ਇਹਨਾਂ 'ਚ ਮਤਲਬ ਇਕੱਲੇ ਗਾਣੇ ਹੋਣਗੇ ਸੋ ਸ਼ੁਰੂਆਤ ਕਰਦੇ ਹਾਂ ਆਪਾਂ ਸਭ ਤੋਂ ਪਹਿਲਾਂ ਧਾਰਮਿਕ ਫਿਲਮ ਤੋਂ ਆਪਣੇ ਕੋਲ ਪਈ ਹੈ ਨਾਨਕ ਨਾਮ ਚੜ੍ਹਦੀ ਕਲਾ ਇਹ ਮੈਨੂੰ ਲੱਗਦਾ ਹਾਂਗਰ ਚੇ ਚਿੱਤਰਕਾਰ ਦੀ ਫਿਲਮ ਆ ਫਿਰ ਆਪਣੇ ਕੋਲ ਆ ਜਾਂਦੀ ਹੈ ਫਿਲਮ ਮੰਨਤ ਜਿੰਮੀ ਸ਼ੇਰਗਿੱਲ ਇਹ ਹੁਣ ਮੈਨੂੰ ਪਤਾ ਨਹੀਂ ਫਿਲਮ ਦੀ ਸੀਡੀ ਹੈ ਕਿ ਇਕੱਲੇ ਗਾਣੇ ਆ ਸ਼ਿਮਾਰੂ ਆਡੀਓ ਲਿਖਿਆ ਇੱਥੇ ਤਾਂ ਵੈਸੇ ਗਾਣੇ ਲੱਗਦੇ ਆ ਇਕੱਲੇ ਆ ਪਿੱਛੇ ਗਾਣੇ ਲਿਖੇ ਨਾ ਸਾਰੇ ਉਦੋਂ ਬਾਅਦ ਆਪਣੇ ਕੋਲ ਆ ਜਾਂਦੀ ਹੈ ਦੇਸ਼ ਹੋਇਆ ਪ੍ਰਦੇਸ਼ ਇੱਕ ਹੋਰ ਸੇਮ ਗੁਰਦਾਸ ਮਾਨ ਸਰ ਨੈਕਸਟ ਫਿਰ ਦੇਸ਼ ਹੋਇਆ ਪ੍ਰਦੇਸ਼ ਪੈਕਿੰਗ ਹੋਰ ਆਪਣਾ ਪਲਾਸਟਿਕ ਦੀਆਂ ਨਾ ਸੀਡੀਆਂ ਆ ਗੱਤੇ ਦੀ ਆ ਵਿੱਚ ਉਹ ਸਕਰੀਨਸ਼ਾਟ ਵੀ ਲਾਏ ਹੋਏ ਵਿੱਚ ਫਿਲਮ ਦੇ ਦੋ ਸੀਡੀਆਂ ਇਹ ਪਤਾ ਕੀ ਚੱਕਰ ਆ ਇੱਕ ਸੀਡੀ ਹੁੰਦੀ ਇੰਟਰਵਲ ਤੱਕ ਦੂਜੀ ਇੰਟਰਵਲ ਤੋਂ ਬਾਅਦ ਚੱਲਦੀ ਆ ਬਾਕੀ ਇੱਦਾਂ ਦਾ ਕੁਛ ਅੰਦਰੋਂ ਆ ਸੀਨ ਵੀ ਲਿਖੇ ਵੇ ਪਿੱਛੋਂ ਕਿੱਥੇ ਤੱਕ ਸੀਡੀ ਚੱਲੂਗੀ ਸੀਨ ਇੰਡੈਕਸ ਗੁਲਸ਼ਨ ਐਂਡ ਜੱਸੀ ਗੁਲਸ਼ਨ ਐਂਡ ਪੁਲਿਸ ਕੋਈ ਹੋਊਗਾ ਫਿਲਮ 'ਚ ਆਪਾਂ ਨੂੰ ਹੁਣ ਆਈ ਨਹੀਂ ਪਤਾ ਲੱਗਣਾ ਨਾ ਵੀ ਸੀਡੀ 2 'ਚ ਪੁਲਿਸ ਕਾ ਆਤੰਕ ਕਲਾਈਮੈਕਸ ਇਹ ਵਧੀਆ ਬਣੀ ਆ ਗੱਤੇ ਜੀ ਦੀ ਵਧੀਆ ਸੀਡੀ ਨੈਕਸਟ ਫਿਰ ਉਹੀ ਆ ਗਈ ਆਪਣੇ ਕੋਲ ਦੇਸ਼ ਹੋਇਆ ਪ੍ਰਦੇਸ਼ ਇਹ ਕਾਫੀ ਵੱਡੀ ਪੈਕਿੰਗ ਆ ਇਹ DVD ਆ ਉਹ ਸੀਡੀ ਨਾ ਮਤਲਬ ਇੱਕੋ ਹੀ ਫਿਲਮ ਅਲੱਗ ਅਲੱਗ ਤਰ੍ਹਾਂ ਦੀ ਪੈਕਿੰਗ ਵਿੱਚ ਆ DVD ਹੈਗੀ ਆਹ ਗੱਤੇ ਵਾਲੀ ਅਤੇ ਆਹ ਦੂਜੀਆਂ ਸਿੰਪਲ ਸੀਡੀਆਂ ਉਦੋਂ ਬਾਅਦ ਆਪਣੇ ਕੋਲ ਆ ਜਾਂਦੀ ਆ ਦਿਲ ਆਪਣਾ ਪੰਜਾਬੀ ਹਰਭਜਨ ਮਾਨ ਸਰ ਨੀਰੂ ਬਾਜਵਾ ਮਤਲਬ ਉਹ ਇਕੱਲਾ ਲੈਮੀਨੇਸ਼ਨ ਹੀ ਲਿਆ ਉੱਤੋਂ ਬਾਕੀ ਉਹ ਯਾਰ ਸੀਡੀ ਨਵੀਂ ਹੈ ਇਹ ਵੀ ਦੋ ਆ ਡਿਸਕ 1 ਅਤੇ ਡਿਸਕ 2 ਨੈਕਸਟ ਆ ਜਾਂਦੀ ਆ ਪਿੰਡ ਦੀ ਕੁੜੀ ਸਰਬਜੀਤ ਚੀਮਾ ਇਹ ਵੀ ਸੇਮ ਹੀ ਆ ਦੋ ਅਗਲੀ ਵੀ ਉੱਦਾਂ ਹੀ ਆ ਨਾ ਪੈਕਿੰਗ ਅੱਡ ਅੱਡ ਹੈ ਪਲਾਸਟਿਕ ਵਾਲੀ ਹੈ ਉਹ ਗੱਤੇ ਵਾਲੀ ਹੈ ਨੈਕਸਟ ਆਪਣੇ ਕੋਲ ਆ ਜਾਂਦੀ ਆ ਕਚਹਿਰੀ ਪਰ ਇਹ ਖਰਾਬ ਜਿਹੀ ਲੱਗਦੀ ਹੈ ਮੈਨੂੰ ਬਾਬਾ ਖਰਾਬ ਹੋਏ ਤਾਂ ਟੁੱਟੀ ਵੀ ਆਵੇ ਅੰਦਰੋਂ ਸੋਰੀ ਇਹ ਨਹੀਂ ਮੈਨੂੰ ਪਤਾ ਸੀ ਐਂ ਗੁਰਦਾਸ ਮਾਨ ਸਰ ਦੀ ਦਿਖਾ ਦੇਣਾ ਚਲੋ ਪਰ ਅੰਦਰੋਂ ਆ ਖਰਾਬ ਹੋ ਜਾਵੇ ਸਾਰਾ ਕੰਮ ਇਹ 'ਚ 3 ਸੀੜੀਆਂ ਯਾਰ ਆਹ ਕੀ ਚੱਕਰ ਆ ਕਚਹਿਰੀ ਇਹ ਵੀ ਕਚਹਿਰੀ 3 ਸੀੜੀਆਂ ਕਾਹਤੋਂ ਇਹ 'ਚ 2 ਸੌਂਗ ਆ ਇਹ 'ਚ 3 ਸੌਂਗ ਆ ਅੱਛਾ ਉਹ ਫਿਲਮ ਦੇ ਸੀਨ ਦੇ ਹਿਸਾਬ ਨਾਲ ਹੋਣਗੇ ਨਾ ਜਿੱਥੇ ਜਿੱਥੇ ਆਉਂਦੇ ਸੌਂਗ ਸੋ ਇਸ ਦੀਆਂ 3 ਸੀੜੀਆਂ ਦੋਸਤੋ ਹੁਣ ਕੌਣ ਵਾਰ ਵਾਰ ਬਦਲੂਗਾ ਸੀਡੀਆਂ ਨੂੰ ਇਹ ਖਰਾਬ ਆ ਵੈਸੇ ਇਹ ਵੱਲ ਰੱਖਦੀ ਆਪਣੇ ਕੋਲ ਆ ਜਾਂਦੀ ਆ ਜੀ ਆਇਆਂ ਨੂੰ DVD ਆ ਨਾ ਇਹ
ਡੀਓਡੀ ਵੀਡੀਓ ਹਾਂ ਹਰਭਜਨ ਮਾਨ ਸਰ। ਨੈਕਸਟ ਆ ਜਾਂਦੀ ਹੈ ਆਪਣੇ ਕੋਲ ਮੇਰਾ ਪਿੰਡ ਮਾਈ ਹੋਮ। ਫਿਰ ਆਪਣੇ ਕੋਲ ਆ ਜਾਂਦੀ ਹੈ ਕੀ ਬਣੋ ਦੁਨੀਆ ਦਾ, ਆ ਕਾਫੀ ਹੈਵੀ ਆ ਭਾਰੀ ਜੀ, ਉਹ ਵੀ ਗੱਤੇ ਦੀ ਹੈ, ਕਾਪੀ ਰੱਖੀ ਆ ਵੇਖੋ, ਪਤਾ ਨਹੀਂ ਗਾਣਾ ਗਾ ਇਕੱਲਾ ਵਿੱਚ ਇਹਨਾਂ ਦਾ, ਵਧੀਆ ਬਣੀ ਵੀ ਆਈ ਸੀ ਡੀ ਕਾਪੀ ਜੀ ਵਾਂਗੂ, ਹੈ ਨਾ ਬੰਦਾ ਖੋਲ ਕੇ ਵਧੀਆ ਦੇਖ ਸਕਦਾ। ਨੈਕਸਟ ਹੁਣ ਆਪਣੇ ਕੋਲ ਥੋੜ੍ਹੀਆਂ ਫਨੀ ਆ ਗਈਆਂ, ਜਿੱਦਾਂ ਆ ਸੀਗਾ ਕਿਹੜਾ ਅਮਲੀ ਸੀਗਾ ਇਹ ਭਜਨਾ ਅਮਲੀ ਵਾਲੀ ਹੈ ਕਾਟੋ ਅਮਲੀ ਦੀ, ਇਹ ਸਾਰੀਆਂ ਵੀਡੀਓ ਸੀ ਡੀ ਸੀ ਆ, ਪਰ ਪ੍ਰਿੰਟ ਬਹੁਤ ਮਾੜੇ ਇਹਨਾਂ ਦੇ, ਤੁਹਾਨੂੰ ਦਿਖਾਉਂਦਾ ਸਾਰੀਆਂ ਭਜਨੇ ਦੀਆਂ ਲੱਗਦੀਆਂ ਮੈਨੂੰ ਤਾਂ ਲੱਗਦਾ। ਆਹ ਹੈਗੀ ਆ ਨੋ ਟੈਨਸ਼ਨ, ਨੈਕਸਟ ਥਾਣਾ ਸ਼ਗਨਾ ਦਾ, ਇਹ ਕਾਫੀ ਭਾਰੀ ਜੀ ਆ ਹੈਵੀ ਆ, ਇਹ 'ਚ ਮੈਨੂੰ ਲੱਗਦਾ ਦੋ ਦੋ ਤਿੰਨ ਤਿੰਨ ਸੀੜੀਆਂ ਹੋਣਗੀਆਂ, ਆਹ ਵੀ ਅੰਦਰ ਸਕਰੀਨਸ਼ੋਟ ਆ ਨਾ, ਇਹ ਵੀ ਮੈਨੂੰ ਲੱਗਦਾ ਬੁੱਕ ਵਾਂਗੂ ਖੁੱਲੂਗੀ ਉਹ ਸੀੜੀ ਵਾਂਗੂ, ਤਾਂ ਭਾਰੀ ਲੱਗ ਰਹੀ ਹੈ, ਇਹ ਬੰਦ ਆ ਜਗ੍ਹਾ। ਨੈਕਸਟ ਇਹ ਪਤਾ ਨਹੀਂ ਕੀ ਚੀਜ਼ ਆ, ਹੈ ਡੀ ਵੀ ਡੀ ਵੀਡੀਓ ਆ ਸ਼ਾਇਦ, ਇਹ ਵੀ ਲੰਬੀ ਜੀ, ਭੋਟੂ ਸ਼ਾਹ ਜੀ ਕੁੱਟਣਗੇ। ਅਤੇ ਨੈਕਸਟ ਆਪਣੇ ਕੋਲ ਛਣਕੱਟ ਆ ਜਾਂਦਾ 2007 ਛਣਕੱਟ ਆ, ਇਹ ਬੰਦ ਆ ਪੈਕ, ਪ੍ਰਿੰਟ ਇਹਦਾ ਐਸਾ ਵੈਸਾ ਹੀ ਆ, ਇੰਨਾ ਵਧੀਆ ਨਹੀਂ ਹੁੰਦਾ, ਇਹ ਸਾਰਾ ਸੀਗਾ ਆਪਣੇ ਕੋਲ ਫਨੀ ਕੰਟੈਂਟ। ਆਹ ਹੁਣ ਆਪਣੇ ਕੋਲ ਇੰਨੀਆਂ ਕੁ ਫਿਲਮਾਂ ਵਾਲੀਆਂ ਸੀਡੀਆਂ ਸੀਗੀਆਂ, ਅਤੇ ਹੁਣ ਇਹ ਤੋਂ ਬਾਅਦ ਮੈਂ ਤੁਹਾਨੂੰ ਕੈਸਟਸ ਦਿਖਾਉਂਦਾ ਫਿਲਮਾਂ ਵਾਲੀਆਂ, ਜਿਹ 'ਚ ਮਤਲਬ ਗਾਣੇ ਆ ਫਿਲਮਾਂ ਦੇ ਸਿਰਫ। ਫਿਰ ਹੁਣ ਆਪਣੇ ਕੋਲ ਕੁਛ ਕੈਸਟਸ ਆ ਜਾਂਦੀਆਂ, ਜ਼ਿਆਦਾਤਰ ਤਾਂ ਸੇਮ ਹੀ ਹੋਣਗੀਆਂ ਜਿਨ੍ਹਾਂ ਦੀਆਂ ਮੈਂ ਸੀਡੀਆਂ ਦਿਖਾ ਤੀਆਂ। ਪਹਿਲੀ ਆ ਜਾਂਦੀ ਹੈ ਮਿੱਟੀ ਵਾਜਾ ਮਾਰਦੀ, ਆਹ ਨਾਮ ਕੀ ਲਿਖਿਆ, ਸੱਜਣਾ ਵੇ ਸੱਜਣਾ, ਅੱਛਾ ਜੇ ਦਿਖਦੀ ਨਹੀਂ ਪਈ ਵਿੱਚ, ਟੀ ਸੀਰੀਜ਼ ਵਾਲੀ ਟੇਪ ਆਈ ਜਾਂਦੀ। ਫਿਰ ਜੀ ਮੰਨਤ ਆ ਗਈ, ਇਹਦੀ ਤਾਂ ਮੈਂ ਸੀਡੀ ਵੀ ਦਿਖਾ ਤੀ ਹੈ ਤੁਹਾਨੂੰ, ਇਹਦੇ ਵਿੱਚ ਵੀ ਸਕਰੀਨਸ਼ੋਟ ਹੋਣਗੇ। ਹਾਂ ਓਏ ਛੋਟੀ ਜਿਹੀ ਮੈਂ ਤਾਂ ਕਿਹਾ ਬਾਬਾ ਖੁੱਲਣਗੇ, ਪਹਿਲਾਂ ਵਾਲੀ ਜਾਂਦੀ ਵੀ ਦਿਖਾ, ਮੈਂ ਪਹਿਲਾਂ ਵਾਲੀ ਬੰਦ ਆ ਪੈਕ। ਨੈਕਸਟ ਆ ਜਾਂਦੀ ਆ ਦੋ ਫਿਲਮਾਂ, ਇਹ ਪਤਾ ਨਹੀਂ ਇੱਕ ਹੀ ਆ, ਯਾਰੀ ਜੱਟੀ ਦੀ ਇੱਕ ਹੀ ਆ, ਸੋਰੀ ਫਿਲਮ ਪੋਸਟਰ ਉੱਦਾਂ ਦਾ ਬਣਾਇਆ ਭੁਲੇਖਾ ਜਿਹਾ ਪੈ ਜਾਂਦਾ। ਨੈਕਸਟ ਆ ਗਈ ਆਹ ਦੋ ਆਵੇ, ਯਾਰੀ ਜੱਟੀ ਦੀ ਤਾਂ ਸੇਮ ਹੀ ਆ ਪਹਿਲਾਂ ਨਾਲ ਦੀ, ਆਹ ਵਾਲੀ ਥੱਲੇ ਨਾਂ ਲਿਖਿਆ ਜੀਜਾ ਸਾਲੀ, ਪਤਾ ਨਹੀਂ ਸਮਝ ਨਹੀਂ ਆਈ ਦੋ ਅੱਗੇ ਇੱਕ ਹੀ ਆ, ਦੇਖ ਲਿਓ ਚਲੋ ਆਪੇ, ਇਹ ਪੁਰਾਣੀਆਂ ਥੋੜ੍ਹੀਆਂ ਜਿਹੀਆਂ ਫਿਲਮਾਂ। ਨੈਕਸਟ ਆ ਜਾਂਦੀ ਹੈ ਦਿਲ ਆਪਣਾ ਪੰਜਾਬੀ, ਇਹ ਦਿਖਾਉਣਾ ਸਕਰੀਨਸ਼ੋਟ ਹੋਣਗੇ ਵਿੱਚ, ਹੋਰ ਕੀ ਹੋਵੇ, ਕਿੰਨੇ ਆ ਸਕਰੀਨਸ਼ੋਟ, ਕਾਫੀ ਕਲੀਅਰ ਜੇ ਆ। ਨੈਕਸਟ ਆ ਫਿਰ ਉਹੀ ਦਿਲ ਆਪਣਾ ਪੰਜਾਬੀ, ਉਹਨੇ ਦਿਖਾ ਕੇ ਹਟੇ, ਬਸ ਇਹ ਬੰਦ ਆ, ਇਹਨਾਂ ਨਾਲ ਦੀਆਂ ਤਾਂ ਪਤਾ ਨਹੀਂ ਕਿੰਨੀਆਂ ਕੁ ਨਿਕਲੀਆਂ ਕੈਸਟਸ, ਘੱਟੋ ਘੱਟ 6-7 ਹੋਣਗੀਆਂ, ਇੱਕ ਇਹਦੇ ਨਾਲ ਦੀਆਂ, ਇੱਕ ਇਹਦੇ ਨਾਲ ਦੀਆਂ ਮਿੱਟੀ ਵਾਜਾ ਮਾਰਦੀਆਂ ਵੀ 5-6 ਸੀਗੀਆਂ, ਉਹ ਤਾਂ ਮੈਂ ਹੁਣ ਵੀਡੀਓ ਕਰਕੇ ਇੱਕ ਚੱਕ ਕੇ ਲਿਆਇਆ, ਬਾਕੀ ਕੀ ਪਤਾ ਸੇਲ ਹੋ ਗਈ ਹੋਵੇ ਉਹ ਵਾਲੀ, ਮੈਨੂੰ ਬਾਹਲਾ ਯਾਦ ਹੈਗਾ। ਹੁਣ ਇਹਦੀਆਂ ਵੀ ਹੈਗੀਆਂ ਦੋ ਤਿੰਨ, ਤਾਂ ਦੇਸ ਹੋਇਆ ਪਰਦੇਸ, ਇਹਦੀਆਂ ਤਾਂ ਸੀਡੀਆਂ ਵੀ ਕਿੰਨੀਆਂ ਨਿਕਲੀਆਂ, 4-5 ਮੈਂ ਤੁਹਾਨੂੰ ਦਿਖਾ ਤੀਆਂ। ਫਿਰ ਆਪਣੇ ਕੋਲ ਆ ਜਾਂਦੀ ਯਾਰਾਂ ਨਾਲ ਬਾਹਰ, ਇਹ ਵੀ 3-4 ਹੈਗੀਆਂ, ਪਰ ਮੈਂ ਇੱਕ ਚੱਕ ਕੇ ਲਿਆਇਆ ਦਿਖਾਉਣ ਨੂੰ, ਠੀਕ ਠਾਕ ਥੋੜ੍ਹੀ ਜਿਹੀ। ਫਿਰ ਆ ਜਾਂਦੀ ਹੈ ਬਦਲਾ ਜੱਟੀ ਦਾ, ਇਹ ਫਿਲਮ ਤਾਂ ਸਾਰਿਆਂ ਨੇ ਸੁਣੀ ਹੋਊਗੀ, ਸੁਣੀ ਕਿ ਦੇਖੀ ਹੋਊਗੀ ਬਹੁਤ ਜਾਣਿਆਂ ਨੇ, ਤਾਂ ਹੈ ਤਾਂ ਗਾਣੀ ਸਾਰੇ ਬਦਲਾ ਜੱਟੀ ਦਾ। ਫਿਰ ਆਪਣੇ ਕੋਲ ਆ ਜਾਂਦੀ ਹੈ ਵਿਸਾਖੀ, ਗੁਰਦਾਸ ਮਾਨ ਲੱਗ ਰਹੇ ਆ, ਬਸ ਆਪਣੇ ਕੋਲ ਇੰਨਾ ਕੁ ਸੀਗਾ ਫਿਲਮਾਂ ਦਾ ਸਟਾਕ, ਊਂ ਵੈਸੇ ਡਬਲ ਡਬਲ ਪਈਆਂ ਹੋਣਗੀਆਂ ਹੋਰ। ਲਓ ਬਈ ਮਿੱਤਰੋ, ਹੁਣ ਮੈਂ ਤੁਹਾਨੂੰ ਇੱਕ ਵਾਰੀ ਸੀਡੀ ਚਲਾ ਕੇ ਵੀ ਦਿਖਾ ਦਿੰਦਾ ਸਾਰਾ, ਮਤਲਬ ਵਹਿਮ ਸ਼ੱਕੇ ਆ ਕੱਢ ਦਿੰਦੇ ਆ, ਮੈਂ ਤਾਂ ਵੈਸੇ ਕਿਹਾ ਸੀਗਾ ਪਹਿਲਾਂ ਆਹ ਸੀਡੀ ਕੱਢ ਲੈਂਦੇ ਕੋਈ ਨਾ ਆਪਾਂ, ਇੱਕ ਮੈਂ ਚਲਾ ਕੇ ਦਿਖਾਉਂਦਾ। ਦਿਖਾਉਂਦੇ ਆ ਪ੍ਰਿੰਟ ਹੁਣ ਤੁਹਾਨੂੰ, ਪਹਿਲੀ ਗੱਲ ਤਾਂ ਇਹ ਕਿਸੇ ਪਲੇਅਰ 'ਚ ਨਹੀਂ ਚੱਲਣੀ, ਜਿਵੇਂ ਵੀ ਐਲ ਸੀ ਪਏ ਆ, ਵਿੰਡੋ ਮੀਡੀਆ ਜੋ ਵੀ ਆ, ਹੈ ਨਾ, ਇਹਦਾ ਆਪਣਾ ਹੀ ਪਲੇਅਰ ਆ, ਜਿੱਦਾਂ ਇਹ ਡਿਊਟੀ ਵਿੱਚ ਹੀ ਵਧੀਆ ਚੱਲਣੀ ਹੈ, ਜਾਂ ਜੇ ਕਿਸੇ ਕੋਲੋਂ ਵੀਡੀਓ ਪਲੇਅਰ ਪਿਆ ਦੂਜਾ, ਆਹ ਵੇਖੋ ਇੱਦਾਂ ਹੀ ਚੱਲਣੀ ਹੈ ਇਹ,
ਚੱਕੋ ਹੁਣ ਪ੍ਰਿੰਟ ਵੇਖ ਲਓ, ਵੀਡੀਓ 'ਚ ਸ਼ਾਇਦ ਨਾ ਜੱਜ ਹੁੰਦਾ ਹੋਵੇ, ਮੇਰੇ ਹਿਸਾਬ ਨਾਲ ਇਹ 360 ਪ੍ਰਿੰਟ ਆ, 360 ਆ। ਅਤੇ ਯਾਰ ਹੁਣ ਨਾ ਤੁਸੀਂ ਨੈਕਸਟ ਥੋੜ੍ਹੀਆਂ ਜਿਹੀਆਂ ਹੋਰ ਸੀਡੀਆਂ ਵੇਖ ਲਓ ਨਾ, ਮਤਲਬ ਜਦੋਂ ਮੈਂ ਵੀਡੀਓ ਬਣਾਈ ਉਦੋਂ ਹੈ ਨਹੀਂ ਸੀਗੀਆਂ, ਬਾਅਦ 'ਚ ਪੇਟੀ ਖੋਲ੍ਹੀ ਉਹਦੇ ਵਿੱਚੋਂ ਨਿਕਲੀਆਂ ਕੁਛ ਕੁ ਸੀਡੀਆਂ, ਮਤਲਬ ਪੰਜਾਬੀ ਫਿਲਮਾਂ ਵਾਲੀਆਂ ਦੋ ਤਿੰਨ ਹੋਰ ਨਿਕਲੀਆਂ, ਉਹ ਵੀ ਵੇਖ ਲਓ। ਆਹ ਜੀ ਉਹ ਸੀਡੀਆਂ ਜੋ ਕਿ ਆਪਾਂ ਨੂੰ ਬਾਅਦ 'ਚ ਲੱਭੀਆਂ, ਇਹ ਆ ਮੰਨਤ, ਮੰਨਤ ਦੀਆਂ ਵੈਸੇ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਤੀਆਂ ਸੀਗੀਆਂ ਵੀਡੀਓ 'ਚ ਪਹਿਲਾਂ ਹੀ, ਪਰ ਇਹ ਨਵੀਂ ਪੈਕਿੰਗ 'ਚ ਇਹ ਹੋਰ ਆ। ਆਹ ਰੱਬ ਨੇ ਬਣਾਈਆਂ ਚੂੜੀਆਂ, ਇਹ ਵੀ ਮਿਲ ਚੁੱਕੀ ਆ, ਪਹਿਲਾਂ ਵਾਲੀ ਸੇਲ ਹੋ ਗਈ ਸੀਗੀ। ਅਤੇ ਲਾਸਟ ਲੱਭੀ ਆ ਜੀ ਆਹ ਜੱਗ ਜਿਉਂਦਿਆਂ ਦੇ ਮੇਲੇ, ਉਦੋਂ ਬਾਅਦ ਇੱਕ ਦੋ ਫਣੀ ਲੱਭੀਆਂ ਥਾਣਾ ਸ਼ਕਨਾ ਦਾ ਚੱਕ ਦੇ ਫੱਟੇ। ਅਤੇ ਪਿਛਲੀ ਵੀਡੀਓ ਵਿੱਚ ਮੈਂ ਤੁਹਾਨੂੰ ਦਿਖਾਈਆਂ ਸੀ ਮਿਊਜ਼ਿਕ ਸੀਡੀਜ਼ ਪੰਜਾਬੀ ਆਰਟਿਸਟਾਂ ਦੀ, ਇਹ ਵੀਡੀਓ ਸੀਡੀ ਹੈ, ਸੋ ਇਹ ਵੀ ਲੱਭੀ ਆ, ਕਾਫੀ ਲੱਭੀਆਂ, ਪਰ ਮੈਂ ਸੋਚਿਆ ਚਲੋ ਇਹਨਾਂ ਦੀ ਦਿਖਾਉਂਦਾ ਕੁਲਦੀਪ ਮਾਣਕ ਸਰ ਦੀ, ਬਾਕੀ ਤਾਂ ਹੁਣ ਮੈਂ ਕਿੱਥੇ ਬਣਾਉਣ ਬੈਠੂੰਗਾ। ਅਤੇ ਉਦੋਂ ਬਾਅਦ ਜਿਹੜੀ ਮੈਂ ਤੁਹਾਨੂੰ ਆਹ ਸਟਾਰਟਿੰਗ ਵਿੱਚ ਦਿਖਾਈ ਸੀ ਨਾ ਦਲਜੀਤ ਦੋਸਾਂਝ ਦੀ ਇਸ਼ਕ ਹੋ ਗਿਆ ਸੀਡੀ, ਇਹ ਸੇਲ ਨਹੀਂ ਹੋ ਸਕਦੀ, ਇਹ ਮੈਂ ਬਾਅਦ 'ਚ ਵੇਖਿਆ ਵੀ ਇਹ ਥੋੜ੍ਹੀ ਜਿਹੀ ਨਾ ਚੱਲੀ ਵੀ ਹੈ, ਸੋ ਤਾਂ ਕਰਕੇ ਕਾਹਤੋਂ ਇਹ ਰਾਈ ਕਰਨਾ, ਜ਼ਿਆਦਾ ਨਹੀਂ ਪਰ ਚੱਲੀ ਵੀ ਹੈ, ਕਾਹਤੋਂ ਇਹ ਰਹਿਣ ਦਿੰਦੇ। ਬਾਕੀ ਇੰਨਾ ਕੁ ਹੁਣ ਮੈਂ ਦਿਖਾਤਾ, ਉੱਧਰ ਖਲਾਰਾ ਖਲੂਰਾ ਬਹੁਤ ਪਿਆ ਗਿਆ, ਉੱਧਰ ਹਿੰਦੀ ਆ ਫਿਲਮਾਂ ਸਾਰੀਆਂ। ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਯਾਰ, ਮੈਨੂੰ ਕਹਿਣ ਦੀ ਲੋੜ ਨਾ ਪਿਆ ਕਰੇ, ਆਪ ਹੀ ਕਰ ਦਿਆ ਕਰੋ, ਪਹਿਲੀ ਵੀਡੀਓ ਨਾ ਪੌਜ਼ ਕਰਕੇ ਕਰ ਦਿਆ ਕਰੋ, ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਚੈਨਲ ਨੂੰ ਤਾਂ ਕਿ ਨਵਾਂ ਆਉਣ ਵਾਲਾ ਕੰਟੈਂਟ ਪਤਾ ਲੱਗ ਜਾਵੇ, ਪਹਿਲੇ ਸਾਰੇ ਪਾਰਟ ਦੇਖ ਲਓ, ਡਿਸਕ੍ਰਿਪਸ਼ਨ ਵਿੱਚ ਪਲੇਲਿਸਟ ਪਈ ਆ, ਓਪਨ ਕਰੋ ਅਤੇ ਉੱਪਰੋਂ ਥੱਲੇ ਲੈ ਕੇ ਮਤਲਬ ਜਿੰਨੇ ਵੀ ਸਾਰੇ ਵਲੋਗ ਸਾਰੇ ਦੇਖ ਲਓ। ਟਿਲ ਦੈਨ ਟੇਕ ਕੇਅਰ, ਬਾਏ ਬਾਏ, ਮਿਲਦੇ ਆ ਨੈਕਸਟ ਪਾਰਟ ਵਿੱਚ, ਟਿਲ ਦੈਨ ਪੀਸ ਆਊਟ। ਅੱਜ ਕੱਲ੍ਹ ਇੰਟਰਨੈਟ ਚੱਲਦਾ ਸਾਰਿਆਂ ਕੋਲ, ਉੱਥੇ ਵੇਖ ਵੁਖ ਲੈਂਦੇ ਲੋਕ, ਸੋ ਇਹ ਤਾਂ ਮੈਨੂੰ ਲੱਗਦਾ ਘੱਟ ਵੱਧ ਹੀ ਹੋਣਗੀਆਂ ਸੀਲ, ਬਾਕੀ ਜੇ ਕੋਈ ਇੰਟਰਸਟਿਡ ਹੋਇਆ ਤਾਂ ਜ਼ਰੂਰ ਮੈਸੇਜ ਕਰਿਓ।